ਐਕਟਰ ਤੇ ਸਟੰਟ ਕਰਦਾ ਮੁੰਡਾ ਅਚਾਨਕ ਮੌਤ ਦੀ ਨੀਂਦ ਸੋ ਜਾਂਦਾ, ਅਚਾਨਕ ਉਹਦਾ ਐਕਸੀਡੈਂਟ ਹੁੰਦਾ ਆਪਣੇ ਹੀ ਟਰੈਕਟਰ ਦੇ ਵਿੱਚ, ਜਿਹੜਾ ਬੇਕਾਬੂ ਹੁੰਦਾ ਸਟੰਟ ਕਰਦਾ ਹੋਇਆ ਟਰੈਕਟਰ, ਉਸ ਦੇ ਥੱਲੇ ਆ ਕੇ ਆਪ ਹੀ ਨੌਜਵਾਨ ਮਾਰਿਆ ਜਾਂਦਾ। ਇੰਨੀ ਦਰਦਨਾਕ ਮੌਤ, ਇੰਨੇ ਲੋਕ ਉੱਥੇ ਮੌਜੂਦ ਸੀ, ਉਸਦਾ ਇਹ ਕਾਰਨਾਮਾ ਦੇਖ ਰਹੇ ਸੀ, ਪਰ ਉਹਨਾਂ ਨੇ ਆਪਣੇ ਫੋਨ ਦੇ ਕੈਮਰਿਆਂ ਦੇ ਵਿੱਚ ਇਹ ਹਾਦਸਾ ਰਿਕਾਰਡ ਕਰ ਲਿਆ। ਕਿਸ ਤਰ੍ਹਾਂ ਉਹ ਨੌਜਵਾਨ ਆਪਣੇ ਹੀ ਟਰੈਕਟਰ ਦੇ ਵਿੱਚ ਉਹਨੂੰ ਕਾਬੂ ਕਰਦਾ ਹੋਇਆ ਮੌਤ ਦੀ ਗੂੜੀ ਨੀਂਦ ਸੌਂ ਗਿਆ। ਪਰ ਇਸ ਮਾਮਲੇ ਨੂੰ ਇੱਥੇ ਹੀ ਦੱਬ ਨਹੀਂ ਦਿੱਤਾ ਗਿਆ। ਸੀਐਮ ਭਗਵੰਤ ਮਾਨ ਨੇ ਫੌਰੀ ਤੌਰ 'ਤੇ ਇਸ ਉੱਤੇ ਐਕਸ਼ਨ ਕੀਤਾ। ਪੰਜਾਬ ਸਰਕਾਰ ਨੇ ਹੁਣ ਕਿਸੇ ਵੀ ਤਰ੍ਹਾਂ ਦੇ ਟਰੈਕਟਰ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਖੇਤੀ ਦੇ ਸੰਦ ਨਾਲ ਕੀਤੇ ਜਾਣ ਵਾਲੇ ਕਾਰਨਾਮੇ ਉੱਤੇ ਬੈਨ ਲਗਾ ਦਿੱਤੀ ਹੈ। ਯਾਨੀ ਕਿ ਹੁਣ ਸਟੰਟ ਨਹੀਂ ਕੀਤੇ ਜਾਣਗੇ, ਹੁਣ ਟਰੈਕਟਰ ਉੱਤੇ ਬਿੱਲੀ ਨਹੀਂ ਮਾਰੀ ਜਾਵੇਗੀ, ਟਰੈਕਟਰਾਂ ਦੇ ਉੱਤੇ ਖੇਤੀ ਦੇ ਸੰਦਾਂ ਦੇ ਨਾਲ ਕੋਈ ਸਟੰਟ ਨਹੀਂ ਕੀਤਾ ਜਾਵੇਗਾ, ਹੁਣ ਬੈਨ ਲਾ ਦਿੱਤਾ ਗਿਆ। ਸੀਐਮ ਭਗਵੰਤ ਮਾਨ ਨੇ ਆਪਣੇ ਟਵੀਟ ਵਿੱਚ ਸਾਫ ਲਿਖਿਆ ਹੈ ਕਿ ਖੇਤੀ ਦਾ ਰਾਜਾ ਹੈ ਟਰੈਕਟਰ, ਉਸ ਨੂੰ ਮੌਤ ਦਾ ਦੂਤ ਨਾ ਬਣਾਇਆ ਜਾਵੇ, ਉਸ ਦੇ ਨਾਲ ਸਟੰਟਸ ਨਾ ਕੀਤੇ ਜਾਣ। ਸਾਫ ਤੌਰ ਦੇ ਉੱਤੇ ਵੀਡੀਓ ਜਿਹੜੀ ਹੈ ਲਗਾਤਾਰ ਵਾਇਰਲ ਹੋ ਰਹੀ ਸੀ, ਕਿਸ ਤਰ੍ਹਾਂ ਵੇਖਦੇ ਹੀ ਵੇਖਦੇ ਇੱਕ ਨੌਜਵਾਨ ਜਿਸਦਾ ਨਾਮ ਸੁਖਮਨਦੀਪ ਹੈ, ਉਹ ਮੌਤ ਦੀ ਗੂੜੀ ਨੀਂਦ ਸੌਂ ਗਿਆ ਆਪਣੇ ਟਰੈਕਟਰ ਦੇ ਨੀਚੇ ਆ ਕੇ। ਗੁਰਦਾਸਪੁਰ ਦੇ ਵਿੱਚ ਮੇਲਾ ਲੱਗਿਆ ਹੁੰਦਾ, ਉੱਥੇ ਆਪਣੇ ਟਰੈਕਟਰ ਉੱਤੇ ਕਾਰਨਾਮੇ ਦਿਖਾ ਰਿਹਾ ਹੁੰਦਾ ਨੌਜਵਾਨ, ਔਰ ਅਚਾਨਕ ਟਰੈਕਟਰ ਦੇ ਹੇਠਾਂ ਆ ਜਾਂਦਾ। ਟਰੈਕਟਰ ਸਿੱਧਾ ਖੜ੍ਹਾ ਕੀਤਾ ਹੁੰਦਾ, ਬਿੱਲੀ ਮਾਰੀ ਹੁੰਦੀ ਹੈ, ਅੱਗੇ ਉਹ ਟਰੈਕਟਰ ਚੱਕਿਆ ਹੁੰਦਾ, ਔਰ ਅਚਾਨਕ ਟਰੈਕਟਰ ਰੇਸ ਜ਼ਿਆਦਾ ਹੋਣ ਕਾਰਨ ਬੇਕਾਬੂ ਹੋ ਜਾਂਦਾ, ਉਸਦੀ ਰੇਸ ਘਟਾਉਣ ਜਾਂਦਾ, ਤਾਂ ਅਚਾਨਕ ਨੌਜਵਾਨ ਟਰੈਕਟਰ ਦੇ ਹੇਠਾਂ ਆ ਜਾਂਦਾ, ਔਰ ਟਰੈਕਟਰ ਦੇ ਹੇਠਾਂ ਦੱਬ ਕੇ ਕੁਚਲ ਕੇ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ, ਗੂੜੀ ਨੀਂਦ ਮੌਤ ਦੀ ਉਸ ਹੋ ਜਾਂਦਾ। ਇਸੇ ਨੂੰ ਮੱਦੇਨਜ਼ਰ ਰੱਖਦੇ ਸੀਐਮ ਭਗਵੰਤ ਮਾਨ ਨੇ ਦਰਖਾਸਤ ਕੀਤੀ ਹੈ ਲੋਕਾਂ ਨੂੰ ਕਿ ਇਹਨਾਂ ਖੇਤੀ ਦੇ ਸੰਦਾਂ ਨੂੰ ਮੌਤ ਦਾ ਦੂਤ ਨਾ ਬਣਾਇਆ ਜਾਵੇ। ਸੀਐਮ ਭਗਵੰਤ ਮਾਨ ਨੇ ਟਵੀਟ ਕੀਤਾ, ਪੰਜਾਬ ਸਰਕਾਰ ਵੱਲੋਂ ਵੱਡਾ ਉਪਰਾਲਾ, ਔਰ ਇਹ ਹੋਣਾ ਵੀ ਚਾਹੀਦਾ ਸੀ ਕਿਉਂਕਿ ਇਹੋ ਜਿਹੇ ਤਰੀਕੇ ਦੇ ਨਾਲ ਕੀਤੇ ਸਟੰਟਸ ਜਿਹੜੇ ਨੇ ਉਹ ਮੌਤ ਦਾ ਦੂਜਾ ਨਾਮ ਹੈ, ਮੌਤ ਦਾ ਫਰਮਾਨ ਹੈ। ਕਿਸ ਤਰ੍ਹਾਂ ਅਚਾਨਕ ਨੌਜਵਾਨ ਹੱਸਦਾ ਖੇਡਦਾ ਪਰਿਵਾਰ ਉਹਦਾ ਉੱਜੜ ਗਿਆ, ਨੌਜਵਾਨ ਮੌਤ ਦੀ ਗੂੜੀ ਨੀਂਦ ਸੌਂ ਗਿਆ। ਕਿੱਥੇ ਉਹ ਸਟੰਟ ਕਰਦਾ ਪਿਆ ਸੀ, ਅਜੇ ਇਹ ਸੋਚਦਾ ਹੋਣਾ ਕਿ ਸਟੰਟ ਤੋਂ ਬਾਅਦ ਹੁਣ ਕੋਈ ਹੋਰ ਕਰਿਸ਼ਮਾ ਦਿਖਾਵਾਂਗਾ, ਕਰਿਸ਼ਮਾ ਦਿਖਾਉਂਦਾ ਦਿਖਾਉਂਦਾ ਸਟੰਟ ਦਿਖਾਉਂਦਾ ਦਿਖਾਉਂਦਾ ਆਪਣੇ ਆਪ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਸੀਐਮ ਭਗਵੰਤ ਮਾਨ ਨੇ ਉਸ ਉੱਤੇ ਫੌਰੀ ਤੌਰ 'ਤੇ ਐਕਸ਼ਨ ਲਿਆ, ਔਰ ਇਹੋ ਜਿਹਾ ਕੋਈ ਦੁਖਦ ਸੁਨੇਹਾ ਦੁਬਾਰਾ ਨਾ ਆਵੇ, ਇਹੋ ਜਿਹੀ ਕੋਈ ਘਟਨਾ ਦੁਬਾਰਾ ਨਾ ਵਾਪਰੇ, ਉਸ ਵਾਸਤੇ ਇਹੋ ਜਿਹੇ ਸਟੰਟਸ ਦੇ ਉੱਤੇ ਸੰਪੂਰਨ ਬੈਨ ਲਗਾ ਦਿੱਤਾ ਕਿ ਹੁਣ ਇਹੋ ਜਿਹੇ ਸਟੰਟਸ ਕਦੇ ਵੀ ਨਹੀਂ ਹੋਣੇ ਚਾਹੀਦੇ। ਇਹੋ ਜਿਹਾ ਬੈਨ ਪੰਜਾਬ ਸਰਕਾਰ ਵੱਲੋਂ ਲਾਉਣਾ ਬਹੁਤ ਲਾਜ਼ਮੀ ਸੀ। ਸੀਐਮ ਭਗਵੰਤ ਮਾਨ ਨੇ ਟਵੀਟ ਕੀਤਾ, ਆਓ ਤੁਹਾਨੂੰ ਉਹ ਟਵੀਟ ਵੀ ਪੜ੍ਹ ਕੇ ਸੁਣਾਉਂਦੇ ਹਾਂ। ਸੀਐਮ ਭਗਵੰਤ ਮਾਨ ਆਪਣੇ ਟਵੀਟ ਵਿੱਚ ਲਿਖਦੇ ਨੇ, ਪਿਆਰੇ ਪੰਜਾਬੀਓ, ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ, ਇਸ ਨੂੰ ਮੌਤ ਦਾ ਦੂਤ ਨਾ ਬਣਾਓ। ਟਰੈਕਟਰ ਅਤੇ ਸੰਬੰਧਿਤ ਸੰਦਾਂ ਨਾਲ ਕਿਸੇ ਵੀ ਕਿਸਮ ਦੇ ਸਟੰਟ ਜਾਂ ਖਤਰਨਾਕ ਪ੍ਰਦਰਸ਼ਨ ਉੱਤੇ ਪੰਜਾਬ 'ਚ ਪਾਬੰਦੀ ਲਗਾਈ ਜਾ ਰਹੀ ਹੈ, ਬਾਕੀ ਵੇਰਵੇ ਜਲਦੀ। ਸਾਫ਼ ਕਹਿ ਦਿੱਤਾ ਕਿ ਬਾਕੀ ਵੇਰਵੇ ਜਲਦੀ, ਪਰ ਲਿਖਤੀ ਤੌਰ 'ਤੇ ਉਹਨਾਂ ਨੇ ਸਿੱਧਾ ਐਲਾਨ ਕਰਤਾ ਹੈ ਕਿ ਇਹੋ ਜਿਹੇ ਸਟੰਟਸ ਉੱਤੇ ਪੰਜਾਬ ਅੰਦਰ ਸੰਪੂਰਨ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਸਰਕਾਰ ਨੇ ਇਹ ਵੱਡਾ ਐਲਾਨ ਕੀਤਾ, ਹੋਣਾ ਵੀ ਚਾਹੀਦਾ ਸੀ, ਔਰ ਸਰਕਾਰ ਦਾ ਇਹ ਫੈਸਲਾ ਦਰੁਸਤ ਹੈ, ਬਿਲਕੁਲ ਦਰੁਸਤ ਹੈ, ਕਿਉਂਕਿ ਇਹੋ ਜਿਹੇ ਪ੍ਰਦਰਸ਼ਨ, ਇਹੋ ਜਿਹੇ ਸਟੰਟਸ ਜ਼ਰੂਰ ਕਿਤੇ ਨਾ ਕਿਤੇ ਜਾ ਕੇ ਇਹੋ ਜਿਹੇ ਹਾਦਸਿਆਂ ਦਾ ਸਬੱਬ ਬਣਦੇ ਨੇ। ਆਉਣ ਵਾਲਾ ਸਮਾਂ ਹੁਣ ਹੋਰ ਕੀ ਕੁਝ ਲਿਆਵੇਗਾ, ਇਹੀ ਆਸ ਕਰਦੇ ਹਾਂ ਕਿ ਪੰਜਾਬ ਦੀ ਜਵਾਨੀ, ਅਨਮੋਲ ਜਵਾਨੀ, ਨਾ ਤਾਂ ਨਸ਼ਿਆਂ ਦੇ ਦਲਦਲ 'ਚ ਫਸੇ, ਔਰ ਨਾ ਹੀ ਇਹੋ ਜਿਹੇ ਸਟੰਟਸ ਕਰਕੇ, ਇਹੋ ਜਿਹੀਆਂ ਆਪਹੁਦਰੀਆਂ ਹਰਕਤਾਂ ਕਰਕੇ ਆਪਣੀ ਅਨਮੋਲ ਜਾਨ ਇਸ ਤਰ੍ਹਾਂ ਗਵਾਉਂਦੀ ਫਿਰੇ। ਜੋ ਵੀ ਹੋਏਗਾ ਦੱਸਦੇ ਰਵਾਂਗੇ, ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।